ਪਸ਼ੂ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਆਏ ਦਿਨ ਚੋਰੀ ਦੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਨਾਭਾ ਤੋਂ ਬਾਅਦ ਹੁਣ ਮਾਮਲਾ ਸਾਹਮਣੇ ਆਇਆ ਭਵਾਨੀਗੜ੍ਹ ਦੇ ਨਜ਼ਦੀਕ ਪਿੰਡ ਕਾਕੜਾ ਤੋਂ, ਜਿੱਥੇ ਚੋਰਾਂ ਵੱਲੋਂ ਇੱਕ ਕਿਸਾਨ ਦੀਆਂ ਦੋ ਮੱਝਾਂ ਚੋਰੀ ਕੀਤੀਆਂ ਗਈਆਂ। ਚੋਰੀ ਦੀ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਚੋਰ ਗਿਰੋਹ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਰਾਤ ਦਾ ਸਮਾਂ ਸੀ, 2 ਤੋਂ ਲੈ ਕੇ 2:30 ਵਜੇ ਤੱਕ, ਅਤੇ ਬਈਆ ਉੱਤੇ ਕੋਠੇ ਸੁੱਤਾ ਪਿਆ ਸੀ। 3-4 ਜਣੇ ਬੈ ਆਏ, ਕੰਧ ਟੱਪੀ ਉਹਨੇ, ਕੰਧ ਪਟ ਕੇ ਅੰਦਰਾਂ ਲੋਕ ਤੋੜਿਆ, ਮੱਝ ਬਾਕੀ ਗਏ ਸੀ, ਉਹਨੂੰ ਕਿਸੇ ਨਹੀਂ ਛੇੜਿਆ, ਮੱਝਾਂ ਨੂੰ ਦੋਹਾਂ ਨੂੰ ਖੋਲ੍ਹ ਲਿਆ। 2 ਝੂਠੇ ਸੀ, 1.5-2 ਲੱਖ ਦਾ ਹੈਗਾ ਸੀ। ਹਾਂ ਜੀ, ਇਸ ਇਲਾਕੇ 'ਚ ਇਸ ਤੋਂ ਬਾਅਦ ਅਨੰਦਪੁਰ ਅਨੰਦਗੜ੍ਹ ਜਾ ਕੇ ਖੋਲ੍ਹੀਆਂ ਉਹਨੇ, ਉਹੀ ਟੈਂਪੂ ਸੇਮ ਸਭ ਕੁਛ ਉਹੀ। ਉੱਥੋਂ 2 ਲੈ ਗਏ ਖੋਲ੍ਹੀਆਂ, ਉੱਥੇ ਵੀ 3 ਸੀ, ਇੱਕ ਮੱਝ ਬੈਗ ਭੱਜੀ ਉਹਨਾਂ ਦੀ, ਅਤੇ 2 ਟੈਂਪੂ 'ਚ ਉਹਨੇ ਚੜ੍ਹਨੀਆਂ ਸੀ। ਅਤੇ ਆਨੰਦਗੜ੍ਹ ਤੋਂ, ਮਤਲਬ ਆਨੰਦਗੜ੍ਹ ਤੋਂ 2 ਮੱਝਾਂ ਚੋਰੀ ਹੋਈਆਂ ਨੇ, ਅਤੇ ਕਾਕੜੇ ਤੋਂ ਇੱਕ ਮੱਝ ਅਤੇ ਇੱਕ ਝੋਟੀ ਚੋਰੀ ਹੋਈ ਹੈ। ਉਸ ਤੋਂ ਪਹਿਲਾਂ ਇੱਧਰ ਬਲਿਆਲ ਰੋਡ 'ਤੇ ਵੀ ਚੋਰੀ ਹੋਈ ਸੀ ਇਸੇ ਤਰ੍ਹਾਂ, ਮਤਲਬ ਮੱਝਾਂ ਦੀ, ਅਤੇ ਇੱਕ ਝੋਟਾ ਲੈ ਗਏ ਸੀ, ਉਹ ਅਸੀਂ ਚੋਰ ਫੜ ਲਏ ਸੀ ਅਤੇ ਉਹ ਬਰਾਮਦਗੀ ਵੀ ਹੋ ਚੁੱਕੀ ਹੈ। ਅਤੇ ਇਹ ਹੁਣ ਕਿਉਂਕਿ ਇਹ ਨਵੀਂ ਹੋਈ ਹੈ ਵਾਰਦਾਤ, ਇਹਦੇ ਬਾਰੇ ਅਸੀਂ ਕਰ ਰਹੇ ਹਾਂ ਕੇਸ ਦਰਜ ਕਰ ਲਿਆ, ਅਤੇ ਅਸੀਂ ਸਾਰੇ ਪਾਸਿਓਂ ਭਾਲ ਕਰ ਰਹੇ ਹਾਂ, ਨਾਲ ਦੇ ਥਾਣਿਆਂ ਨਾਲ ਵੀ ਸੰਪਰਕ ਕੀਤਾ, ਈਵਨ ਨਾਭੇ ਤੋਂ ਵੀ ਪਤਾ ਚੱਲਿਆ ਸੀ ਵੀ ਨਾਭੇ ਏਰੀਏ 'ਚੋਂ ਵੀ ਚੋਰੀ ਹੋਈ ਹੈ। ਉਹ ਅਸੀਂ ਤਾਲਮੇਲ ਕਰਕੇ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ।